ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਹਿਦੀਆਂ ਵੱਲੋਂ ਔਰਤਾਂ ਨੂੰ 1000 ਰੁਪਇਆ ਮਹੀਨਾ ਦੇਣ ਵਾਲੇ ਗਰੰਟੀ ਕਾਰਡ ਵੰਡੇ ਗਏ ਅਤੇ ਲੋਕਾਂ ਨੂੰ ਕਾਂਗਰਸ ਅਕਾਲੀ ਭਾਜਪਾ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ। ਰਾਜਸਾਂਸੀ ਹਲਕੇ ਤੋਂ ਪੱਤਰਕਾਰ ਜਸਬੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ। ਇਹ ਪੁੱਛਣਾ ਚਾਹੁੰਦਾ ਆ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਜੀ? ਦੋਸ਼ੀ ਫੜ ਕੇ ਦਿੱਤੇ ਗਏ ਜੇਲ੍ਹਾਂ 'ਚ, ਦੱਸੋ ਮੈਨੂੰ ਤੁਸੀਂ ਕੋਈ ਦਿੱਤੀ ਸਜ਼ਾ ਕਿਸੇ ਨੂੰ ਜੀ, ਜਿਹਨਾਂ ਗੁਰੂ ਸਾਹਿਬ ਦੇ ਅੰਗ ਪੜਵਾਏ ਗਲੀਆਂ 'ਚ ਰੋਲੇ ਸਾਡਾ ਜਿਹੜਾ ਗੁਰੂ ਨੂੰ? ਇਸ ਕਰਕੇ ਜਿਹੜੇ ਸਾਡੇ ਗੁਰੂ ਦੇ ਨਹੀਂ ਹੋਏ ਉਹ ਸਾਡੇ ਕੱਲ੍ਹ ਨੂੰ ਕੀ ਬਣਨਗੇ? ਉਹ ਤੋਂ ਇਲਾਵਾ ਇਹਨਾਂ ਕਿਹਾ ਸੀ ਵੀ ਘਰ ਘਰ ਵਿੱਚ ਨੌਕਰੀ ਦਿੱਤੀ ਜਾਊਗੀ। ਮੈਂ ਪਿੰਡ ਭਿੰਡੀਆਂ ਵਿੱਚ ਕਲਾਂ ਖੁਰਦ ਵਿੱਚ ਖੁਰਦ ਵਿੱਚ ਖਲੋਤੇ ਹਾਂ, ਕਿੰਨੇ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਰਕਾਰੀ ਨੌਕਰੀ ਮਿਲੀ ਜੀ ਪੜ੍ਹੇ ਲਿਖੇ ਬੱਚਿਆਂ ਨੂੰ? ਹਾਂਜੀ, ਕਿਸੇ ਨੂੰ ਨਹੀਂ ਮਿਲੀ ਜੀ। ਉਹਨਾਂ ਕਿਹਾ ਵੀ ਜਿੰਨਾ ਚਿਰ ਨੌਕਰੀ ਨਹੀਂ ਦਾਂਗੇ, ਜਿੰਨਾ ਚਿਰ ਅਸੀਂ ਨੌਕਰੀ ਨਹੀਂ ਦਾਂਗੇ, ਹਰ ਇੱਕ ਜਿਹੜਾ ਨੌਜਵਾਨ ਆ ਜਾਂ ਸਾਡੀ ਭੈਣ ਆ ਵੀਰ ਆ ਉਹਨੂੰ 2500 ਰੁਪਈਆ ਭੱਤਾ ਦਾਂਗੇ। ਕਿੰਨੇ ਪਰਿਵਾਰ ਨੇ ਦੱਸ ਸਕਦੇ ਜਿਨ੍ਹਾਂ ਨੂੰ 2500 ਰੁਪਈਆ ਭੱਤਾ ਮਿਲਿਆ ਜੀ? ਮਿਲਿਆ ਕਿਸੇ ਨੂੰ ਜੀ? ਨਹੀਂ ਮਿਲਿਆ ਜੀ। ਉਸ ਤੋਂ ਇਲਾਵਾ ਉਹਨਾਂ ਕਿਹਾ ਵੀ ਜਿਹੜੀ ਬਿਜਲੀ ਆ ਬਾਦਲਾਂ ਨੇ ਜਿਹੜੇ ਕੀਤੇ ਵਾਅਦੇ ਆ ਸੀ ਉਹ ਜਿਹੜੇ ਖਤਮ ਕਰਕੇ ਬਿਜਲੀ ਸਸਤੀ ਕਰਾਂਗੇ, ਉਹਨਾਂ ਨੂੰ ਸਸਪੈਂਡ ਕਰਕੇ। ਕੀ ਬਿਜਲੀ ਸਸਤੀ ਹੋਈ ਆ ਜੀ? ਕਿ ਬਿੱਲ ਮਾਫ ਹੋਏ ਕਿਸੇ ਦੇ ਜੀ? ਹਾਂਜੀ। ਉਹ ਤੋਂ ਇਲਾਵਾ ਉਹਨਾਂ ਸਾਡੇ SC ਭਾਈਚਾਰੇ ਦਾ ਵੋਟ ਬੈਂਕ ਵਾਸਤੇ ਵੇਖੋ 4.5 ਸਾਲ ਬਾਅਦ CM ਬਦਲਤਾ, ਚਰਨਜੀਤ ਸਿੰਘ ਚੰਨੀ ਨੂੰ ਲਾ ਦਿੱਤਾ ਵੀ SC ਪਰਿਵਾਰ ਦੇ ਵਿੱਚੋਂ ਆ। ਵੇਖੋ ਚਰਨਜੀਤ ਸਿੰਘ ਚੰਨੀ ਨੇ ਕੁਛ ਨਹੀਂ ਕੀਤਾ, ਉਹਨੇ ਵੀ ਕੈਪਟਨ ਵਾਂਗੂ ਲਾਣ ਕੀਤੇ ਆਣ ਕੇ। ਕਿੰਨੇ ਪਰਿਵਾਰ ਨੇ ਜਿਨ੍ਹਾਂ ਨੂੰ 5-5 ਮਰਲੇ ਪਲਾਟ ਮਿਲੇ ਆ ਜੀ? ਇੱਥੇ ਮਿਲਿਆ ਜੀ ਕਿਸੇ ਨੂੰ? ਅੱਛਾ ਜੀ। ਕਿੰਨੇ ਪਰਿਵਾਰ ਨੇ ਜਿਹੜੀ ਉਹਨੇ ਕਿਹਾ ਸੀ ਵੀ ਮੈਂ ਇੱਕ ਤੋਹਫ਼ਾ ਦੇਣਾ ਵਾ ਦਿਵਾਲੀ 'ਤੇ, 3200 ਰੁਪਈਆ ਮਿਲਿਆ ਜੀ ਕਿਸੇ ਪਰਿਵਾਰ ਨੂੰ, ਮਜ਼ਦੂਰ ਪਰਿਵਾਰ ਨੂੰ ਜਾਂ ਕਿਸੇ ਨੂੰ ਜੀ? ਕਿੰਨੇ ਪਰਿਵਾਰਾਂ ਨੂੰ ਜਿਹੜੀਆਂ ਆ ਆਉਂਦਾ ਸੀ ਜਿਨ੍ਹਾਂ ਦੇ ਉੱਤੇ ਕਬਜ਼ਾ ਲਾਲ ਲਕੀਰ ਤੋਂ ਅੰਦਰ ਆ, ਉਹਨਾਂ ਨੂੰ ਜਿਹੜੀਆਂ ਰਜਿਸਟਰੀਆਂ ਉਹਨਾਂ ਦੇ ਘਰ ਪਹੁੰਚਦੀਆਂ ਕਰ ਦਿੱਤੀਆਂ ਜਾਣਗੀਆਂ ਦੀਵਾਲੀ ਦੇ ਉੱਤੇ, ਉਹ ਪਰਿਵਾਰਾਂ ਨੂੰ ਰਜਿਸਟਰੀਆਂ ਮਿਲ ਗਈਆਂ ਜੀ? ਕਿਸੇ ਨੂੰ ਮਿਲੀ ਰਜਿਸਟਰੀ ਘਰ ਦੀ? ਇਸ ਕਰਕੇ ਇਹਨਾਂ ਨੇ ਐਲਾਨ ਕੀਤਾ ਵਾ, ਚਰਨਜੀਤ ਸਿੰਘ ਚੰਨੀ ਨੇ ਬਹੁਤਿਆਂ ਨੇ ਨਾਂ ਹੀ ਇਹਦਾ ਰੱਖਤਾ ਵਾ ਐਲਾਨ ਮੰਤਰੀ, ਜਦੋਂ ਦਾ ਆਇਆ ਇਹਨੇ ਵੀ ਐਲਾਨ ਕੀਤੇ, ਉਸ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਇਸ ਕਰਕੇ ਮੈਂ ਤੁਹਾਡੇ ਹੱਥ ਜੋੜ ਕੇ ਬੰਨ ਕੇ ਅਪੀਲ ਕਰਦਾ ਤੁਹਾਨੂੰ ਕਿ ਇਹਨੂੰ ਤੁਸੀਂ ਜੇਲ੍ਹ ਰਹਿਣ ਦੀ ਲੋੜ ਆ। ਆਪਾਂ ਇੱਕ ਜਿਹੜਾ ਮੌਕਾ ਵਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦਈਏ, ਉਹ ਤੁਹਾਡੇ ਕੋਲ ਸੀਸੋ ਨੇ ਵੀ ਆਉਣਾ ਵਾ, ਸਰਕਾਰੀਏ ਨੇ ਵੀ ਆਉਣਾ ਆ, ਐਰਕ ਜਿਹੜਾ ਵੋਟ ਕਰਨਾ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਵੋਟ ਪਾਉਣੀ ਆ, ਨਾ ਕਿ ਇਹਨਾਂ ਲੀਡਰਾਂ ਦੀਆਂ ਖੁਸ਼ੀਆਂ ਵਾਸਤੇ ਵੋਟ ਪਾਉਣੀ। ਬੜੀ ਸਮਝਦਾਰੀ ਸੂਝ ਬੂਝ ਤਾਂ ਆਪਾਂ ਵਿਖਾਉਂਦੇ ਹੋਏ ਜਿਹੜਾ ਐਰਕ ਆਪਾਂ ਜਿਹੜੀ ਉਹ ਵੋਟ ਕਰਨੀ ਆ, ਇਹਨਾਂ ਦੇ ਕਿਸੇ ਲਾਲਚ ਵਿੱਚ ਨਹੀਂ ਆਉਣਾ। ਹੁਣ ਵੇਖੋ ਬਾਦਲ ਸਾਹਿਬ ਦੇ ਜਿਹੜੇ ਹੈਗੇ ਆ ਉਹ ਸੁਖਬੀਰ ਬਾਦਲ, ਉਹ ਵੀ ਕਹਿੰਦਾ ਮੈਂ 800 ਜੁੱਟ ਮਾਫ ਕਰਾਂਗਾ। ਪਹਿਲਾਂ ਇਹੋ ਆਉਂਦਾ 800 ਜੁੱਟ ਫਰੀ ਕਿੱਥੋਂ ਦੇਣੀ, ਪੈਸਾ ਕਿੱਥੋਂ ਆਉਣਾ? ਇਹਨੂੰ ਪੁੱਛੋ ਵੀ 800 ਜੁੱਟ ਲਈ ਕਿੱਥੋਂ ਆਊਗਾ? ਹੁਣ ਕਦੀ ਕਿਸੇ ਨੇ ਐਜੂਕੇਸ਼ਨ ਦੀ ਗੱਲ ਕੀਤੀ ਸੀ ਵੀ ਪੜ੍ਹਾਈ ਚਾਹੀਦੀ ਆ, ਸਰਕਾਰੀ ਸਕੂਲ ਵਧੀਆ ਹੋਣੇ ਚਾਹੀਦੇ ਆ? ਹੁਣ ਉਹ ਜਿਹੜਾ ਸੁਖਬੀਰ ਬਾਦਲ ਆ ਪੜ੍ਹਾਈ ਦੀ ਗੱਲ ਕਰਦਾ ਵਾ, ਉਹ ਚੰਨੀ ਕੈਪਟਨ ਜਿਹੜੇ ਪੜ੍ਹਾਈ ਦੀ ਗੱਲ ਕਰਨ ਦਾ ਆ, ਉਹ ਜਿਹੜੇ ਆ ਉਹ ਹਸਪਤਾਲਾਂ ਦੀ ਗੱਲ ਕਰਨ ਦਾ ਆ, ਉਹ ਜਿਹੜੇ ਪੈਨਸ਼ਨਾਂ ਦੀ ਗੱਲ ਕਰਨ ਦਾ ਵੀ ਬੁਢਾਪਾ ਪੈਨਸ਼ਨ ਮਿਲਣੀ ਚਾਹੀਦੀ ਹੈ, ਇੰਨੀ ਹੋਣਾ ਚਾਹੀਦਾ ਸਾਰਾ ਕੁਝ, ਨਹੀਂ ਤਾਂ ਇਹਨਾਂ ਕਦੀ ਕਿਸੇ ਦਾ ਸੋਚਿਆ ਸੀ ਪਹਿਲਾਂ ਜੀ? ਸਿਰਫ ਤੇ ਸਿਰਫ ਤੁਹਾਨੂੰ ਗਲੀਆਂ ਨਾਲੀਆਂ ਦੇ ਵਿੱਚ ਰੱਖਿਆ ਵਾ, ਲੱਗੀਆਂ ਕੱਟ ਦਿੱਤੀਆਂ ਜੀ। ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਕਰਾਂ ਅਪੀਲ ਆ, ਇੱਕ ਮੌਕਾ ਜਿਹੜਾ ਕੇਜਰੀਵਾਲ ਜੀ ਨੂੰ, ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਤੁਹਾਡੇ ਜਿਹੜੇ ਇੱਥੋਂ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਹਿਦੀਆਂ ਜੀ ਨੂੰ ਦਿਓ, 5 ਸਾਲ ਦੇ ਬਾਅਦ ਤੁਹਾਡੇ ਕੋਲ ਦੁਬਾਰਾ ਆਣ ਕੇ ਇਹੋ ਹੀ ਆਖਾਂਗੇ ਜੇ ਕੰਮ ਕੀਤੇ ਆ ਤੇ ਵੋਟ ਪਾ ਦਿਓ, ਨਹੀਂ ਤੇ ਜਿਹਨੂੰ ਮਰਜ਼ੀ ਪਾ ਦਿਓ। ਜਿੱਦਾਂ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਨੇ, ਵੇਖੋ 29 ਸਟੇਟਾਂ ਨੇ ਹਿੰਦੁਸਤਾਨ ਦੀਆਂ, ਇੱਕੋ ਹੀ ਸਟੇਟ ਆ ਦਿੱਲੀ ਜਿਹਦੇ ਵਿੱਚ ਕੇਜਰੀਵਾਲ ਜੀ ਨੇ ਇੱਕੋ ਹੀ ਗੱਲ ਕਹੀ ਸੀ ਅਰਕਾਂ ਕਿ ਜੇ ਕੰਮ ਕੀਤੇ ਆ ਤੇ ਵੋਟ ਪਾ ਦਿਓ, ਨਹੀਂ ਤੇ ਕਾਂਗਰਸ BJP ਨੂੰ ਪਾ ਦਿਓ। ਤੁਹਾਡੇ ਸਾਹਮਣੇ ਆ 17 ਸੀਟਾਂ ਦੇ ਵਿੱਚੋਂ 62 ਸੀਟਾਂ ਲੈ ਕੇ 3ਵਾਰ ਆ ਕੇਜਰੀਵਾਲ ਮੁੱਖ ਮੰਤਰੀ ਉੱਥੇ ਬਣੇ, ਔਰ ਉੱਥੋਂ ਦੇ ਲੋਕਾਂ ਤਾਂ ਵੋਟ ਪਾਈ ਆ ਵੀ ਉੱਥੇ ਕੰਮ ਕੀਤੇ ਆ। ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਵਿੱਚ ਕੰਮ ਕੀਤੇ ਜਾਣਗੇ, ਲੋੜ ਆ ਤੁਹਾਡੇ ਸਾਥ ਦੀ,
ਤੇ ਤੁਹਾਨੂੰ ਇਸੇ ਕਰਕੇ ਫਿਰ ਦੁਬਾਰਾ ਇੱਕ ਨਾ ਅਪੀਲ ਕਰਦੇ ਹਾਂ ਕਿ 2022 ਦੇ ਵਿੱਚ ਤਗੜੇ ਹੋ ਗਏ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।